ਸਤਿ ਸ਼੍ਰੀ ਅਕਾਲ ਜੀ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਅੱਜ ਕਲੱਚ ਪਲੇਟ ਦਾ ਥੋੜ੍ਹਾ ਜਿਹਾ ਕੰਮ ਕਰਨਾ ਮਸ਼ੀਨ ਚਲਾਈ ਸੀ ਅਤੇ ਥੋੜ੍ਹਾ ਜਿਹਾ ਨਾ ਕਲੱਚ ਪਲੇਟ ਦੀ ਥੱਲਿਓਂ ਫਿੰਗਰਾਂ ਦੀ ਪਿੰਨ ਨਿਕਲੀ ਅਤੇ ਉਹ ਪਿੰਨ ਅਸੀਂ ਲੱਗੇ ਪਾਉਣ ਅਤੇ ਜਾਂ ਵੀ ਸੀਜ਼ਨ ਦੇ ਵਿੱਚ ਕਿਤੇ ਤੰਗ ਨਾ ਆਈਏ। ਹੁਣ ਵਿਹਲੇ ਮੀਂਹ ਪੈ ਗਿਆ, ਕੱਲ੍ਹ ਵੀ ਪੈ ਗਿਆ, ਰਾਤ ਵੀ ਪੈ ਗਿਆ ਅਤੇ ਦੋ ਤਿੰਨ ਦਿਨ ਕੰਮ ਨਹੀਂ ਅਜੇ ਚੱਲਦਾ। ਅਤੇ ਤੁਹਾਨੂੰ ਦਿਖਾਉਣੇ ਆ ਕਲੱਚ ਪਲੇਟ, ਖੁੱਲ੍ਹੀ ਕਲੱਚ ਪਲੇਟ ਵਿਖਾਉਣੇ ਤੁਹਾਨੂੰ। ਮਸ਼ੀਨ ਵਧੀਆ ਚੱਲਣ 'ਚ, ਵਧੀਆ ਚਲਾਈ ਹੈ, ਕੋਈ ਚਾਬੀ ਨਹੀਂ, ਕੋਈ ਪਾਨਾ ਨਹੀਂ। ਅਤੇ ਚਲੋ ਅਗਲਾ ਸਿਸਟਮ ਤੁਹਾਨੂੰ ਵਿਖਾਉਣੇ ਕੀ ਸਿਸਟਮ ਨਿਕਲਦਾ, ਕੀ ਇਹ ਵੀ ਟਾਈਮ ਪਾਸ ਵਧੀਆ ਹੋ ਜਾਂਦਾ। ਠੀਕ ਹੈ ਜੀ, ਬਾਅਦ 'ਚ ਤੁਹਾਨੂੰ ਵਿਖਾਉਣੇ ਆ ਜੋ ਵੀ ਸਿਸਟਮ ਨਿਕਲਿਆ। ਲਓ ਜੀ, ਆਹ ਕਲੱਚ ਪਲੇਟ ਖੋਲ੍ਹਣ ਡਏ ਹਾਂ ਅਤੇ ਵੱਡੇ 8-10 ਕਿੱਲੇ ਥਾਂ ਵੱਢਿਆ ਅਤੇ ਅਸੀਂ ਚੱਲ ਮੀਂਹ ਪੈ ਗਿਆ, ਵੈਸੇ ਤਾਂ ਕਰਨਾ ਨਹੀਂ ਸੀ ਪਰ ਮੀਂਹ ਪੈ ਗਿਆ, ਚੱਲ ਵਿਹਲੇ ਟਾਈਮ ਪਾਸ ਨਹੀਂ ਹੁੰਦਾ, ਫਿਰ ਉਹਨਾਂ ਚਿਰ ਇਹ ਕੰਮ ਕਰ ਲਈਏ। ਅਤੇ ਲਓ ਜੀ, ਆਹ ਪਿੰਨਾਂ ਕਸੀਆਂ ਨੇ, ਆਹ ਚੀਜ਼ ਆਹ ਕਸੀ, ਇੰਨੀ ਕੁ ਪਿੰਨ ਬਾਹਰ ਆਉਂਦੀ ਅਤੇ ਹੋਰ ਸਾਰਾ ਸਹੀ, ਉਹ ਵੀ ਇੰਨੀਆਂ ਢਿੱਲੀਆਂ ਨਹੀਂ ਹੈਗੀਆਂ, ਵੈਸੇ ਉਹ ਵੀ ਇੰਨੀਆਂ ਢਿੱਲੀਆਂ ਨਹੀਂ, ਉਹ ਜਿੱਤੀਆਂ ਧੋਤਾ ਸਮਾਨ। ਅਤੇ ਕਲੱਚ ਪਲੇਟ ਤਾਂ ਪਾਈ ਨਵੀਂ ਸੀ, ਅਤੇ ਉਹ ਹੀ ਗੈਸ ਵੈਲਡਿੰਗ ਭਰਾ ਲਿਆਉਣੇ ਆ ਜਾਂ ਡਿੱਗੀ ਰਾੜ ਨਾਲ ਉਹਨੂੰ ਕਰ ਦੇਗਾ ਬਣਾ ਲਿਆ। ਮਾੜੀ ਜੀ, ਮੈਂ ਤਾਂ ਨਾ ਰਗੜ ਲੈ ਕਿ ਲੋੜ ਨਹੀਂ, ਅਤੇ ਅੜਦੀ ਤਾਂ ਨਹੀਂ, ਰਗੜ ਲਓ ਮਾੜੀ ਜੀ। ਮੈਂ ਤਾਂ ਜੇ ਰਗੜ ਲੱਗੇ ਨਹੀਂ ਤਾਂ ਮਾੜੀ ਰਗੜੀ ਜਾਣੀ ਹੈ।